ਵੈਕਰਜੀ ਦਾ ਖਾਲਸਾ ਵੈਕਰਜੀ ਦੀ ਫਰਤੀ ਇੰਡਸਟਰੀ ਮਹਿੰਦਰਜੀਤ ਸਿੰਘ ਅੱਜ ਆਪਾਂ ਗੱਲ ਕਰਾਂਗੇ ਟੂਰਿਸਟ ਵੀਜ਼ਾ ਲਈ ਕੀ ट्रैवल ਹਿਸਟਰੀ ਜ਼ਰੂਰ ਪੈਂਦੀ ਹੈ ਜਾਂ ਨਹੀਂ ਜੇ ਆਪਾਂ ਕਿਸੇ ਵੱਡੇ ਕੰਟਰੀ ਬਾਰੇ ਗੱਲ ਕਰਦੇ ਹਾਂ ਜਿਵੇਂ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਜਾਂ ਯੂਕੇ ਹੋ ਗਿਆ ਕੀ ਇਹਨਾਂ ਕੰਟਰੀਆਂ ਦੇ ਵੀਜ਼ੇ ਲੈਣ ਲਈ ਆਪਾਂ ਨੂੰ ट्रैवल ਹਿਸਟਰੀ ਜ਼ਰੂਰਤ ਪੈਂਦੀ ਹੈ ਜਾਂ ਨਹੀਂ ਪੈਂਦੀ ਦੇਖੋ ट्रैवल ਹਿਸਟਰੀ ਦਾ ਰੋਲ ਤਾਂ ਹੁੰਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਰੋਲ ਅਦਾ ਕਰਦੀ ਹੈਗੀ ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਜੇ ਤੁਹਾਡੀ ट्रैवल ਹਿਸਟਰੀ ਨਹੀਂ ਹੈਗੀ ਤੁਹਾਨੂੰ ਵੀਜ਼ਾ ਨਹੀਂ ਮਿਲੂਗਾ ਇਹ ਸਾਰਾ ਕੁਝ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਤੇ ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈਗੀ ਤਾਂ ਤੁਸੀਂ ਵਿਨਰ ਟ੍ਰੈਵਲਰਸੀ ਤੋਂ ਵੀ ਵੀਜ਼ਾ ਲੈ ਲਾਏਗਾ ਉਹ ਲੈ ਸਕਦੇ ਹੈਗਿਓ ਹੁਣ ਇਹ ਚੀਜ਼ ਕੌਣ ਡਿਸਾਈਡ ਕਰਦਾ ਕਿ ਪ੍ਰੋਫਾਈਲ ਅੱਛੀ ਹੈ ਜਾਂ ਮਾੜੀ ਹੈ ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹੈਗਿਓ ਦੋਸਤੋ ਤਾਂ ਜਿਹੜੀ ਅੰਬੈਸੀ ਹੈਗੀ ਹੈ ਉਹ ਤੁਹਾਡੀ ਪ੍ਰੋਫਾਈਲ ਨੂੰ ਕਈ ਪੱਖ ਤੋਂ ਦੇਖਦੀ ਹੈਗੀ ਆ ਉਹਦੇ ਅਲੱਗ-ਅਲੱਗ ਸਟੇਜ ਜੋਂ ਹੁੰਦੇ ਨੇ ਅਲੱਗ-ਅਲੱਗ ਪੱਖ ਹੁੰਦੇ ਨੇ ਇਹਦੇ ਵਿੱਚ ਦੇਖਿਆ ਜਾਂਦਾ ਤੁਹਾਡੀ ਇਨਕਮ ਕਿੰਨੀ ਹੈਗੀ ਹੈ ਫਿਰ ਉਹ ਗਿਆ ਤੁਹਾਡੀ ਏਜ ਕਿੰਨੀ ਹੈਗੀ ਹੈ ਤੁਹਾਡੀ ਇਨਕਮ ਦਾ ਸਾਧਨ ਕਿੱਡਾ ਕਹੇਗਾ ਤੁਹਾਡਾ ਪਰਪਸ ਆਫ ਵਿਜਿਟ ਕੀ ਹੈਗਾ ਕੀ ਤੁਹਾਡੇ ਕੋਲ ਕੋਈ ਸਪான்ਸਰ ਹੈ ਜਾਂ ਨਹੀਂ ਹੈਗੀ ਤੁਹਾਡੀ ਏਜ ਕਿੰਨੀ ਹੈਗੀ ਹੈ ਕੀ ਤੁਹਾਡੇ ਕੋਲ ਕੋਈ ਟਰੈਵਲ ਹਿਸਟਰੀ ਹੈ ਜਾਂ ਨਹੀਂ ਹੈ ਸੋ ਜੇਕਰ ਤੁਹਾਡੀ ਪ੍ਰੋਫਾਈਲ ਦੇ ਦੂਜੇ ਪੱਖ ਚੰਗੇ ਨੇ ਜਿਵੇਂ ਕਿ ਜੇਕਰ ਤੁਹਾਡੀ ਆਈਟੀਆਰ ਅੱਛੀ ਹੈ ਤੁਹਾਡੀ ਇਨਕਮ ਅੱਛੀ ਹੈ ਤੁਹਾਡੀ ਏਜ ਚੰਗੀ ਹੈ ਜਾਂ ਤੁਹਾਨੂੰ ਕਿਸੇ ਨੇ ਸਪான்ਸਰ ਕੀਤਾ ਹੈਗਾ ਤਾਂ ਫਿਰ ਤੁਹਾਨੂੰ ਟਰੈਵਲ ਹਿਸਟਰੀ ਜ਼ਰੂਰਤ ਨਹੀਂ ਵਿਦਆਉਟ ਟਰੈਵਲ ਹਿਸਟਰੀ ਤੋਂ ਵੀ ਵੀਜ਼ਾ ਜਿਹੜਾ ਉਹ ਲੱਗ ਜਾਂਦਾ ਹੈਗਾ ਜੇਕਰ ਤੁਹਾਡੀ ਪ੍ਰੋਫਾਈਲ ਅਚੀ ਨਹੀਂ ਹੈਗੀ ਥੋੜੀ ਲੋ ਪ੍ਰੋਫਾਈਲ ਹੈ ਯਾਨੀ ਕਿ ਤੁਹਾਡੇ ਕੋਲ ਕਮਜ਼ੋਰ ਸਾਧਨ ਘਟ ਹੈ ਥੋੜੀ ਏਜ ਘਟ ਹੈ ਤੁਸੀਂ ਯੰਗ ਏਜ ਦੇ ਵਿੱਚ ਹੈਗੇ ਹੋ ਤੁਹਾਡੇ ਕੋਲ ਸਪான்ਸਰ ਨਹੀਂ ਹੈਗੀ ਉਸ ਕੇਸ ਦੇ ਵਿੱਚ ਜਿਹੜੀ ਟ੍ਰੈਵਲ ਹਿਸਟਰੀ ਹੈਗੀ ਉਹ ਮੈਟਰ ਕਰਦੀ ਹੈਗੀ ਸੋ ਇਹ ਸਾਰਾ ਕੁਝ ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਤੇ ਸੋ ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ ਵੀਜ਼ਾ ਤੁਹਾਨੂੰ ਟਾਈਮ ਮਿਲੇਗਾ ਕਿਸੇ ਵੀ ਐਮਬੈਸੀ ਨੂੰ ਵੀਜ਼ਾ ਦੇਣ ਦੇ ਵਿੱਚ ਦਿੱਕਤ ਨਹੀਂ ਹੁੰਦੀ ਦਿੱਕਤ ਹੁੰਦੀ ਹੈ ਕਿ ਕੀ ਤੁਸੀਂ ਵਾਪਸ ਮੁੜ ਕੇ ਆ ਜਾਓਗੇ ਤੁਹਾਡੇ ਪੱਲੇ ਕੀ ਹੈ ਇੰਡੀਆ ਦੇ ਵਿੱਚ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੀ ਹੈ ਜਿਸ ਤੋਂ ਇਹ ਚੀਜ਼ ਲੱਗੇ ਕਿ ਤੁਸੀਂ ਵਾਪਸ ਮੁੜ ਕੇ ਆਉਂਗੇ ਤੁਸੀਂ ਜੈਨੂਨ ਵਿਜ਼ਟਰ ਜੀ ਹੈਗਿੰਗ ਸੋ ਇਸ ਕਰਕੇ ਦੋਸਤੋ ਕਦੇ ਵੀ ਇਹ ਜੀਜ ਨਹੀਂ ਸੋਚਣੀ ਚਾਹੀਦੀ ਕਿ ਸਾਡੀ ट्रैवल ਹਿਸਟਰੀ ਨਹੀਂ ਹੈਗੀ ਤਾਂ ਸਾਨੂੰ ਵੀਜ਼ਾ ਨਹੀਂ ਮਿਲੇਗਾ ਤੁਸੀਂ ਮੇਰੀ ਇਹ ਕਿੰਨੀਆਂ ਵੀਡੀਓ ਦੇਖਦੇ ਹੋ ਕਿੰਨੇ ਸਾਰੇ ਵੀਜ਼ੇ ਆਂਦੇ ਨੇ ਲੱਖ ਲੱਖਾਂ ਕੰਟਰੀਆਂ ਦੇ ਵੱਡੇ ਕੰਟਰੀਆਂ ਦੇ ਜਿਹੜੇ ਵਿਦਾਊਟ ट्रैवल ਹਿਸਟਰੀ ਤੋਂ ਵੀ ਵੀਜ਼ੇ ਆਂਦੇ ਨੇ ਔਰ ट्रैवल ਹਿਸਟਰੀ ਨਾਲ ਵੀ ਆਤੇ ਸੋ ਇਹ ਕਹਿ ਦੇਣਾ ਕਿ ट्रैवल ਹਿਸਟਰੀ ਨਾਲੇ ਵੀਜ਼ਾ ਲੱਗੂਗਾ ਉਹ ਜ਼ਿਆਦਾ ਸਹੀ ਨਹੀਂ ਹੈਗਾ ਹਾਂ ਤੁਹਾਡੀ ਓਵਰਾਲ ਪ੍ਰੋਫਾਈਲ ਜਿਹੜੀ ਹੈਗੀ ਹੈ ਅੱਛੀ ਹੋਣੀ ਚਾਹੀਦੀ ਹੈ ਦੂਜਾ ਹੈਗਾ ਵੀ ਤੁਸੀਂ ਇਸ ਤਿਕੀ ਨੂੰ ਮੰਦੇ ਹੈਗੇ ਉਹ ट्रैवल ਹਿਸਟਰੀ ਨੂੰ ਕਈ ਲੋਕ ਕੀ ਕਰਦੇ ਨੇ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਜਾ ਕੇ ਕਹਿ ਦਿੰਦੇ ਕਿ ਮੇਰੀ ट्रैवल ਹਿਸਟਰੀ ਹੈ ਜਾਂ ਦੁਬਈ ਜਾ ਕੇ ਵੀ ਕਹਿ ਦਿੰਦੇ ਕਿ ਮੇਰੀ ट्रैवल ਹਿਸਟਰੀ ਹੈ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੀ ट्रैवल ਹਿਸਟਰੀ ਮੈਟਰ ਕਰੇ ਤਾਂ ਤੁਹਾਡੀ ट्रैवल ਹਿਸਟਰੀ ਵੀ ਕਿਸੇ ਵਧੀਆ ਕੰਟਰੀ ਦੀ ਹੋਣੀ ਚਾਹੀਦੀ ਹੈ ਜਿਵੇਂ ਉਹ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਇੰਡੋਨੇਸ਼ੀਆ ਜਾਂ ਦੁਬਈ ਖੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਟਰੀ ਨੇ ਜਿਹੜੇ ਜਿੱਥੇ ਦਾ ਵੀਜ਼ਾ ਦਾ ਹਰ ਇੱਕ ਬੰਦਾ ਲੱਗ ਜਾਂਦਾ ਥੋੜਾ ਕੱਲਿਆਂ ਥੋੜੀ ਹਰ ਇੱਕ ਦਾ ਹੀ ਲੱਗ ਜਾਂਦਾ ਔਰ ਬਿਨਾਂ ਸ਼ਰਤਾਂ ਤੋਂ ਲੱਗ ਜਾਂਦਾ ਹੈਗਾ ਸੋ ਟਰੈਵਲ ਵਿਜ਼ਾ ਜਿਹੋ ਹੋਵੇ ਉਸ ਕੰਟਰੀ ਦੀ ਹੋਵੇ ਜਿਹੜੇ ਸ਼ਰਤਾਂ ਦੇ ਆਧਾਰ ਤੇ ਜਿਹੜਾ ਵੀਜ਼ਾ ਤੁਸੀਂ ਲਿੱਤਾ ਹੋਵੇ ਜਿਵੇਂ ਯੂਰਪ ਦੀ ਹੋਵੇ ਯੂਕੇ ਦੀ ਹੋਵੇ ਜਾਂ ਜੇ ਏਸ਼ੀਆਨ ਕੰਟਰੀ ਵੀ ਆਪਾਂ ਗੱਲ ਕਰੀਏ ਕਿਸੇ ਵਧੀਆ ਕੰਟਰੀ ਜਿਵੇਂ ਕੋਰੀਆ ਜਾਪਾਨ ਰਸ਼ੀਆ ਸੋ ਇਸ ਤਰ੍ਹਾਂ ਦੀ ਕੰਟਰੀ ਦੀ ਹੋਵੇ ਜਿਹੜਾ ਆਪਾਂ ਸ਼ਰਤਾਂ ਦੇ ਆਧਾਰ ਤੇ ਵੀਜ਼ਾ ਲਿੱਤਾ ਹੋਵੇ ਜੇ ਆਪਾਂ ਇਹ ਸੋਚ ਲਈਏ ਕਿ ਜੇ ਮੈਂ ਸਿੰਗਾਪੁਰ ਮਲੇਸ਼ੀਆ THAILAND ਘੁੰਮ ਕੇ ਵੀਜ਼ਾ ਲੈ ਲਵਾਂ ਉਹ ਪੋਸੀਬਲ ਜਿਹੜੀ ਚੀਜ਼ ਨਹੀਂ ਹੁੰਦੀ ਉਹਦਾ ਓਵਰ ਆਪਾਂ ਦੇਖੀ ਟ੍ਰੈਵਲ ਹਿਸਟਰੀ ਦਾ ਫਾਕਤਾ ਪੈਂਦਾ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਬਿਲਕੁਲ ਹੀ ਟ੍ਰੈਵਲ ਹਿਸਟਰੀ ਦੇ ਵੀਜ਼ਾ ਆ ਪ੍ਰੋਫਾਈਲ ਤੇ ਆਉਂਦਾ ਹੈ ਜੇ ਤੁਸੀਂ ਟਰੈਵਲਸ 'ਚ ਮੈਂ ਤਾਂ ਕਈ ਵਾਰੀ ਇਹ ਵੀ ਕਹਿਣਾ ਹੁੰਦਾ ਕਿ ਤੁਸੀਂ ਜਿੰਨੇ ਪੈਸੇ ਟਰੈਵਲਸ 'ਤੇ ਖਰਬ ਕਰੂਗੇ ਕਿਉਂਕਿ ਤੁਸੀਂ ਕਿਸੇ ਵੀ ਕੰਟਰੀ ਦੇ ਜਾਓਗੇ 50-60 ਹਜ਼ਾਰ ਦਾ ਖਰਚਾ ਤੁਹਾਡਾ ਆਈ ਜਾਣਾ ਨਾਰਮਲੀ ਕਰ ਲੈ ਜਿੰਨੇ ਪੈਸੇ ਤੁਸੀਂ ਟਰੈਵਲਸ 'ਤੇ ਖਰਬ ਕਰੋਗੇ ਘੁੰਮਣ ਫਿਰਨ ਤੇ ਖਰਬ ਕਰੋਗੇ ਉਹਦੇ ਨਾਲੋਂ ਚੰਗਾ ਕਿ ਉਹ ਵੀ ਪੈਸੇ ਤੁਸੀਂ ਆਪਦੀ ਪ੍ਰੋਫਾਈਲ ਤੇ ਇਨਵੈਸਟ ਕਰ ਲਓ ਕਿਵੇਂ ਤੁਸੀਂ ਆਪਦੀ ਆਈਟੀਆਰ ਸੰਗੀ ਭਰ ਲਓ ਆਈਟੀਆਰ ਦੇ ਟੈਕਸ ਪੇ ਕਰ ਲਓ ਤਾਂ ਕਿ ਤੁਹਾਡੀ ਆਈਟੀਆਰ ਵਧੀਆ ਲੱਗੇ ਆਈਡੀ ਲੱਗੇ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਕੰਮਕਾਰ ਹੈ ਉਹਨੂੰ ਵਧੀਆ ਤਰੀਕੇ ਨਾਲ ਸ਼ੋਅ ਇਹ ਰਿਸ ਕਰਦੇ ਹੋ ਉਹਦੀ ਕੋਈ ਵੈਬਸਾਈਟ ਵਗੈਰਾ ਬਣਵਾ ਲਓ ਹੋਰ ਕਈ ਪੱਖ ਨੇ ਜਿਹਨੂੰ ਤੁਸੀਂ ਵਧੀਆ ਮਜ਼ਬੂਤ ਕਰ ਸਕਦੇ ਹੋ ਐਟਰਾਵਿਸਟੀ ਨਾਲੋਂ ਤੁਸੀਂ ਆਪਦੀ ਬੈਂਕ ਸਟੇਟਮੈਂਟ ਵਧੀਆ ਬਣਵਾ ਲਓ ਉਹਦੀਆਂ ट्रांजੈਕਸ਼ਨ ਅੱਛੀਆਂ ਕਰ ਲਓ ਉਹਦੇ ਵਿੱਚ ਫੰਡ ਵਗੈਰਾ ਜਿਹੜੇ ਹੈਗੇ ਪ੍ਰੋਪਰ ਮੈਨੇਜ ਕਰ ਲਓ ਮੈਂ ਤਾਂ ਹਮੇਸ਼ਾ ਇਹ ਚੀਜ਼ ਕਹਿਣਾ ਹੁੰਦਾ ਕਿ ਜੇ ਤੁਸੀਂ ਬਾਹਰ ਜਾਣ ਬਾਰੇ ਸੋਚ ਰਹੇ ਹੋ ਤੁਸੀਂ ਸੋਚ ਲੈ ਕੇ ਬਾਹਰ ਜਾਣਾ ਹੈ ਤਾਂ ਇਮੀਡੀਏਟ ਵੀਜ਼ਾ ਅਪਲਾਈ ਨਾ ਕਰੋ ਟਾਈਮ ਦਿਓ ਆਪਣੇ ਆਪ ਨੂੰ ਆਪਦੀ ਪ੍ਰੋਫਾਈਲ ਨੂੰ ਘੱਟੋ ਘੱਟ 1 ਸਾਲ ਜਾਂ 6 ਮਹੀਨੇ ਪਹਿਲਾਂ ਆਪਦੀ ਪ੍ਰੋਫਾਈਲ 'ਤੇ ਧਿਆਨ ਦੇਣਾ ਸ਼ੁਰੂ ਕਰੋ ਕਿਉਂਕਿ ਵੀਜ਼ਾ ਲੈਣ ਵਾਸਤੇ ਘੱਟੋ ਘੱਟ 2 ਆਈਟੀਆਰ ਤੇ ਜ਼ਰੂਰਤ ਪੈਂਦੀ ਜਿਹੜੀ 1 ਸਾਲ ਦੇ ਵਕਤ ਪੀੜ ਦੇ ਵਿੱਚ ਭਰੀ ਜਾ ਸਕਦੀ ਹੈ ਜਿਵੇਂ ਹੁਣ ਅੱਜ ਜਿਹੜਾ ਹੈਗਾ ਮਾਰਚ ਦਾ ਮਹੀਨਾ ਚੱਲ ਰਿਹਾ ਜੇ ਤੁਸੀਂ ਹੁਣ ਪ੍ਰੋਫਾਈਲ ਬਣਾਉਣਾ ਚਾਹੋ ਉਹ 2 ਮਹੀਨੇ ਚ ਬਣ ਸਕਦੀ ਹੈ 2 ਆਈਟੀਆਰ ਜ਼ਾਇਂਦੀਆਂ ਨਹੀਂ ਇੱਕ ਮਾਰ ਦੇ ਵਿੱਚ ਜਾ ਸਕਦੀ ਹੈ 1 April ਤੱਕ ਪਰ ਹੋ ਜੂਗੀ ਇਸ ਤੋਂ ਇਲਾਵਾ ਤੁਸੀਂ ਆਪਦੀ ਬੈਂਕ ਸਟੇਟਮੈਂਟ ਆਰ ਤੁਸੀਂ ਆਪਦੀ ਜਿਹੜੀ ਫੰਡ ਉਹਨੂੰ ਵਧੀਆ ਬਣਾ ਲਓ ਉਹਨੂੰ ਮੈਂਟੇਨ ਕਰ ਲਓ ਠੀਕ ਹੈ ਸੋ ਇਸ ਤਰ੍ਹਾਂ ਕਰਕੇ ਤੁਸੀਂ ਆਪਦੀ ਪ੍ਰੋਫਾਈਲ ਜਿਹੜੀ ਹੈਗੀ ਹੈ ਬਣਾ ਸਕਦੇ ਹੋ ਤੇ ਵੀਜ਼ਾ ਲੈ ਸਕਦੇ ਹੋ ਉਮੀਦ ਕਰਦਾ ਕਿ ਮੇਰੇ ਦੁਆਰਾ ਦਿੱਤੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਜਿਹੜੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਅੱਗੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ ਮਿਲਦੀ ਰਹੇ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਬਹੁਤ ਫੇਸਬੁਕ ਤੇ ਲਾਈਕ ਕਰੋ ਬੇਸਟਾ ਦੇ ਫਾਲੋ ਕਰੋ ਅਸੀਂ ਟਵਿੱਟਰ ਤੇ ਲਿੰਕਡਇਨ ਤੇ ਵੀ ਹੈਗੇ ਹੱਥ ਵੀ ਸਾਨੂੰ ਫਾਲੋ ਕਰ ਸਕਦੇ ਨੇ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ